ਮੈਂ ਸੌ ਰਮਦਾਨ ਮਿੱਠੂ, ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੁਸ਼ਹਿਰੇ ਵਾਲੇ ਦਿਨ, ਜੋ ਕਿ ਆਪ ਸਭ ਨੂੰ ਪਤਾ, 19 ਤਰੀਕ ਨੂੰ ਜਿਹੜਾ ਜੋੜਾ ਫਾਟਕ 'ਤੇ ਰੇਲ ਹਾਦਸਾ ਹੋਇਆ, ਬਹੁਤ ਹੀ ਭਿਆਨਕ ਅਤੇ ਬਹੁਤ ਹੀ ਦੁੱਖਦਾਇਕ ਘਟਨਾ ਹੈ, ਇਹ ਨਾ ਭੁੱਲਣ ਯੋਗ ਹੈ। ਅਤੇ ਮੇਰਾ ਅੰਦਰੋਂ ਰੋਮ ਰੋਮ ਦੁਖੀ ਹੈ, ਜੋ ਹਾਲਾਤ ਇੱਥੇ ਬਣ ਗਏ ਨੇ ਲਾਈਨਾਂ 'ਤੇ, ਮੈਂ ਤੁਹਾਡੇ ਅੱਗੇ ਬਿਆਨ ਨਹੀਂ ਕਰ ਸਕਦਾ ਮੈਂ ਕੀ ਹਾਲ ਹੈ ਮੇਰਾ। ਆਪਾਂ ਤਾਂ ਦੁਸ਼ਹਿਰਾ ਮਨਾਇਆ ਸੀ ਇੱਕ ਸਾਰਿਆਂ ਨੂੰ ਇਕੱਠੇ ਕਰਨ ਵਾਸਤੇ, ਉਹਦੀਆਂ ਸਾਰੀਆਂ ਪਰਮਿਸ਼ਨਾਂ ਆਪਾਂ ਲਈਆਂ ਹੋਈਆਂ ਸੀ। ਰਾਵਣ ਦੇ ਆਲੇ ਦੁਆਲੇ 20 ਫੁੱਟ ਦਾ ਘੇਰਾ ਵੀ ਬਣਾਇਆ ਹੋਇਆ ਸੀ, ਕਿਸੇ ਤਰ੍ਹਾਂ ਦੀ ਵੀ ਆਪਾਂ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡੀ। 50 ਤੋਂ 100 ਪੁਲਿਸ ਮੁਲਾਜ਼ਮ ਉੱਥੇ ਸੀ, ਕਾਰਪੋਰੇਸ਼ਨ ਤੋਂ ਫਾਇਰ ਬ੍ਰਿਗੇਡ ਦੀ ਅਤੇ ਪਾਣੀ ਦੇ ਟੈਂਕਰ ਵੀ ਆਇਆ ਹੋਇਆ ਸੀ। ਜਿਹੜਾ ਆਪਾਂ ਪ੍ਰੋਗਰਾਮ ਕੀਤਾ, ਦੁਸ਼ਹਿਰਾ ਈਵੈਂਟ ਮਨਾਇਆ, ਉਹ ਬਾਉਂਡਰੀ ਦੇ ਵਿੱਚ ਸੀ, ਇੱਕ ਗਰਾਊਂਡ 'ਚ ਸੀ, ਨਾ ਕਿ ਆਪਾਂ ਕੋਈ ਲਾਈਨਾਂ 'ਤੇ ਕੀਤਾ। ਲਾਈਨਾਂ 'ਤੇ ਤਦ ਹੁੰਦਾ ਜੇ ਆਪਾਂ ਕੁਰਸੀਆਂ ਉੱਥੇ ਡਾਹੀਆਂ ਹੁੰਦੀਆਂ ਅਤੇ ਉੱਥੇ ਪ੍ਰੋਗਰਾਮ ਕੀਤਾ ਹੁੰਦਾ। ਆਪਾਂ ਤਾਂ ਦੁਸ਼ਹਿਰਾ ਗਰਾਊਂਡ 'ਚ, ਜਿਹੜੀ ਧੋਬੀ ਘਾਟ ਵਾਲੀ ਗਰਾਊਂਡ ਸੀ ਉੱਥੇ ਸੀ, ਉਹਦਾ ਮੈਨੂੰ 8 ਤੋਂ 10 ਫੁੱਟ ਉਹਦੀ ਦੀਵਾਰ ਵੀ ਉੱਚੀ ਸੀ, ਅਤੇ ਜਿਹੜੇ ਲੋਕ ਖੜ੍ਹੇ ਸੀ ਉਹ ਉੱਥੇ ਖੜ੍ਹੇ ਸੀ ਲਾਈਨਾਂ 'ਤੇ। ਇੱਕਦਮ ਟ੍ਰੇਨ ਆਈ, ਕਿਸੇ ਨੂੰ ਕੋਈ ਪਤਾ ਨਹੀਂ ਲੱਗਾ। ਇਹ ਤਾਂ ਕੁਦਰਤ ਵੱਲੋਂ ਹੋ ਗਿਆ ਜੀ ਸਾਰਾ ਕੁਛ, ਇਹਦੇ 'ਚ ਕਿਸੇ ਦਾ ਕੀ ਕਸੂਰ ਹੈ? 2-4 ਸ਼ਰਾਰਤੀ ਅਕਸਰ ਲੱਗੇ ਹੋਏ ਨੇ, ਲੋਕ ਲੱਗੇ ਹੋਏ ਨੇ, ਜਿਹੜਾ ਕਿ ਮੈਨੂੰ ਪਰਸਨਲ ਰੰਜਿਸ਼ ਕਰ ਰਹੇ ਨੇ ਮੇਰੇ ਨਾਲ। ਅਤੇ ਮੇਰੀ ਹੱਥ ਜੋੜ ਕੇ ਤੁਹਾਡੇ ਅੱਗੇ ਸਾਰੀ ਬੇਨਤੀ ਕਰਦਾ, ਆਪਾਂ ਉੱਥੇ ਅਨਾਊਂਸਮੈਂਟ ਵੀ 5 ਤੋਂ 7-10 ਵਾਰੀ ਕਰਵਾਈ ਹੈ, ਲਾਈਨਾਂ 'ਤੇ ਨਾ ਖਲੋਵੋ। ਅਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਸਾਰਿਆਂ ਨੇ, ਆਪਾਂ ਬਹੁਤ ਦੁਖੀ ਹਾਂ, ਸਾਰਾ ਪਰਿਵਾਰ, ਸਾਡੀ ਮਦਦ ਕਰੋ, ਸਾਡੀ ਮਦਦ ਕਰੋ।